ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ GK YouTube ਚੈਨਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਨਵੀਆਂ ਰਿਲੀਜ਼ ਹੋਈਆਂ ਫਿਲਮਾਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ, ਉਹ ਵੀ ਕੁਝ ਟਾਈਮ ਵਿੱਚ HD ਫੁੱਲ HD ਮੂਵੀ ਜੋ ਕਿ ਹੁਣੇ ਹੁਣੇ ਰਿਲੀਜ਼ ਹੋਈਆਂ ਹੈਗੀਆਂ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਬਹੁਤ ਹੀ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਪਾਣੀਪਤ, ਕਮਾਂਡੋ 3, ਵਾਰ, ਇਸ ਤਰ੍ਹਾਂ ਦੀਆਂ ਜੋ ਵੀ ਨਵੀਆਂ ਮੂਵੀਆਂ ਆਉਂਦੀਆਂ ਉਸ ਵੈਬਸਾਈਟ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਜਾਣਕਾਰੀ ਦੇਵਾਂਗੇ ਤੁਸੀਂ ਕਿਸ ਤਰ੍ਹਾਂ ਆਪਣੇ ਮੋਬਾਈਲ ਰਾਹੀਂ ਆਸਾਨੀ ਨਾਲ ਵੀਡੀਓ ਸੋਰੀ ਮੂਵੀ ਡਾਊਨਲੋਡ ਕਰ ਸਕਦੇ ਹੋ। ਉਸ ਦੇ ਲਈ ਤੁਹਾਨੂੰ ਦੋਸਤੋ ਗੂਗਲ ਕਰੋਮ 'ਤੇ ਵੈਬਸਾਈਟ ਸਰਚ ਕਰਨੀ ਪਊਗੀ, www.bollyshare.online। ਇਸ ਨੂੰ ਆਪਾਂ ਸਰਚ ਕਰਾਂਗੇ, ਇਸ ਤਰ੍ਹਾਂ ਦਾ ਇਸਦਾ ਇੰਟਰਫੇਸ ਹੈ, bollyshare.online ਵੈਬਸਾਈਟ ਦਾ ਜੀ, www.bollyshare.online। ਦੋਸਤੋ ਇਸ ਤੋਂ ਨੀਚੇ ਜਾਵਾਂਗੇ, ਨੀਚੇ ਜਾਣ 'ਤੇ ਆਪਾਂ ਨੂੰ ਜੋ ਵੀ ਨਵੀਆਂ ਮੂਵੀਆਂ ਰਿਲੀਜ਼ ਹੋਈਆਂ ਉਹਨਾਂ ਦੀ ਨੀਚੇ ਲਿਸਟ ਮਿਲ ਜਾਊਗੀ, ਜਿਵੇਂ ਪਾਣੀਪਤ, ਪਤੀ ਪਤਨੀ ਔਰ ਵੋ, ਹੋਟਲ ਮੁੰਬਈ, ਇਸ ਤਰ੍ਹਾਂ ਜੋ ਵੀ ਮੂਵੀਆਂ ਨਵੀਆਂ ਆਈਆਂ ਉਸ ਤੁਸੀਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਜੈਸੇ ਮੈਂ ਤੁਹਾਨੂੰ ਇੱਕ ਡੈਮੋ ਦੇ ਤੌਰ 'ਤੇ ਕਮਾਂਡੋ 3 ਡਾਊਨਲੋਡ ਕਰਕੇ ਦਿਖਾਉਣਾ, ਇਸ 'ਤੇ ਆਪਾਂ ਕਲਿੱਕ ਕੀਤਾ। ਦੋਸਤੋ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ, ਇਹ ਸਾਰੀ ਜਾਣਕਾਰੀ ਹੈ। ਦੋ ਤਰ੍ਹਾਂ ਦੀਆਂ ਫਾਈਲਾਂ ਦੋਸਤੋ ਡਾਊਨਲੋਡ, ਫੁੱਲ ਮੂਵੀ 1 ਤੋਂ 703 MB ਦੀ, ਇੱਕ ਫੁੱਲ HD PC ਲਿੰਕ, ਇਹ 1.5 GB ਦੀ ਹੈ। ਦੋਸਤੋ ਆਪਾਂ ਫੁੱਲ HD ਵਾਲੇ 'ਤੇ ਕਲਿੱਕ ਕਰਾਂਗੇ, ਉਸ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਲਿੰਕ ਆਵੇਗਾ। ਇਸ ਤਰ੍ਹਾਂ ਦਾ ਲਿੰਕ ਆਉਣ ਤੋਂ ਬਾਅਦ ਇੱਥੇ ਲਿਖਿਆ ਕਲਿੱਕ ਹੇਅਰ ਟੂ ਗੋ ਡਾਊਨਲੋਡ ਪੇਜ, ਇਸ 'ਤੇ ਆਪਾਂ ਕਲਿੱਕ ਕਰਾਂਗੇ। ਦੁਬਾਰਾ ਫਿਰ ਦੋਸਤੋ ਇਸੇ ਤਰ੍ਹਾਂ ਦਾ ਲਿੰਕ ਆਵੇਗਾ, ਉਸ 'ਤੇ ਲਿਖਿਆ ਕਲਿੱਕ ਹੇਅਰ ਡਾਊਨਲੋਡ ਫੁੱਲ ਮੂਵੀ 1.3 GB। ਦੋਸਤੋ ਇਸ ਤੋਂ ਇਸ ਨੂੰ ਆਪਾਂ ਪ੍ਰੈਸ ਕਰਕੇ ਰੱਖਾਂਗੇ ਥੋੜ੍ਹੇ ਟਾਈਮ ਵਾਸਤੇ, ਉਸ ਤੋਂ ਬਾਅਦ ਆਪਸ਼ਨ ਆਏਗੀ ਦੋਸਤੋ, ਆਪਸ਼ਨ 'ਤੇ ਹੈ ਡਾਊਨਲੋਡ ਲਿੰਕ, ਡਾਊਨਲੋਡ ਲਿੰਕ 'ਤੇ ਆਪਾਂ ਕਲਿੱਕ ਕਰਾਂਗੇ। ਡਾਊਨਲੋਡ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਮੂਵੀ ਡਾਊਨਲੋਡ ਹੋਣ ਲੱਗ ਜਾਵੇਗੀ, ਕਮਾਂਡੋ 3। ਇਸ ਟਾਈਮ ਮੇਰੇ ਮੋਬਾਈਲ 'ਤੇ ਨੈਟਵਰਕ ਥੋੜ੍ਹਾ ਸਲੋ ਚੱਲ ਰਿਹਾ, ਇਸ ਦੇ ਕਾਰਨ ਹਜੇ ਸ਼ੋਅ ਨਹੀਂ ਕਰ ਦਿੱਤਾ, ਇਸ ਤਰ੍ਹਾਂ ਆਪਣੀਆਂ ਮੂਵੀ ਡਾਊਨਲੋਡ ਹੋ ਜਾਵੇਗੀ। ਦੋਸਤੋ ਇਸ ਵੈਬਸਾਈਟ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਨਵੀਆਂ ਰਿਲੀਜ਼ ਹੋਈਆਂ ਮੂਵੀਆਂ ਡਾਊਨਲੋਡ ਕਰ ਸਕਦੇ ਹੋ। ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਗਰ ਤੁਸੀਂ ਸਾਡੇ ਯੂਟਿਊਬ ਚੈਨਲ ਪੰਜਾਬ GK 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਜੋ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ।